ਹਰਿਆਣਾ ਚੋਬੀ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਪਿਛਲੇ 24 ਘੰਟਿਆਂ ਅੰਦਰ ਕਰੋਨਾ ਦੇ 534 ਨਵੇਂ ਕੇਸ ਦਰਜ ਕੀਤੇ ਗਏ ਨੇ ਗੁਰੂਗ੍ਰਾਮ ਚ ਸਭ ਤੋਂ ਵੱਧ ਮਰੀਜ਼ ਪਾਏ ਗਏ ਨੇ ਜਿੱਥੇ ਪਿਛਲੇ 24 ਘੰਟਿਆਂ ਚ 413 ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਇਸ ਤੋਂ ਇਲਾਵਾ ਫਰੀਦাবাদ ਚ 73 ਸੋਨੀਪੁਰ ਚ 13 ਪੰਚਕੁਲਾ ਚ 11 ਨਵੇਂ ਕੇਸ ਦਰਜ ਕੀਤੇ ਗਏ ਪਿਛਲੇ 24 ਘੰਟੇ ਅੰਦਰ ਹਾਲਾਂਕਿ 733 ਲੋਕ ਠੀਕ ਵੀ ਹੋਏ ਨੇ ਸੂਬੇ 'ਚ ਸੈਂਪਲਿੰਗ ਵੀ ਲਗਾਤਾਰ ਤੇਜ਼ ਕਰ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਅੰਦਰ 14513 ਸੈਂਪਲ ਲੈ ਗਏ। ਹਰਿਆਣਾ 'ਚ ਹੁਣ ਤੱਕ ਐਕਟਿਵ ਕੋਰੋਨਾ ਮਰੀਜ਼ਾਂ ਦਾ ਅੰਕੜਾ 2512 ਤੱਕ ਪਹੁੰਚ ਗਿਆ ਹੈ। ਸੂਬੇ 'ਚ ਕੋਰੋਨਾ ਦਾ ਰਿਕਵਰੀ ਰੇਟ 98.68% ਹੈ ਜਦਕਿ ਪੋਜ਼ਿਟਿਵਿਟੀ ਰੇਟ 4.74% ਹੈ।